ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਗਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗਾ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਆ ਕੱਲ ਵੀ ਸਵਾਲ ਆਏ ਸੀ ਅੱਜ ਵੀ ਆ ਰਹੇ ਆ ਕਿ ਝੋਨੇ ਦੀ ਫਸਲ ਦੇ ਵਿੱਚ ਸਾਡੇ ਫਸਲ ਦੇ ਵਿੱਚ ਪੱਤਿਆਂ ਦੇ ਉੱਤੇ ਚਿੱਟੇ ਰੰਗ ਦਾ ਜਾਲਾ ਤੇ ਉਹਦੇ ਥੱਲੇ ਜਿਹੜੇ ਸੁੰਡੀ ਦੇ ਅੰਡੇ ਆ ਤੇ ਆਪਾਂ ਤਰੰਤ ਜਿਹੜੀ ਸਪਰੇਅ ਕਰਕੇ ਤੇ ਉਹ ਜਿਹੜੇ ਅੰਡੇ ਹੀ ਖਤਮ ਕਰ ਦਈਏ ਤਾਂ ਕਿ ਫਸਲ ਦੇ ਵਿੱਚ ਪੱਤਾ ਲਵੇੜ ਦਾ ਹਮਲਾ ਨਾ ਹੋਵੇ ਖਾਸ ਤੌਰ ਤੇ ਕਿਉਂਕਿ ਪੱਤਿਆਂ ਦੇ ਉੱਤੇ ਆਂਡੇ ਦੇਖ ਕੇ ਕਿਸਾਨ ਵੀਰਾਂ ਦਾ ਇਹ ਅੰਦਾਜ਼ਾ ਹੁੰਦਾ ਕਿ ਪੱਤਾ ਲਵੇੜ ਦਾ ਹਮਲਾ ਜਿਹੜੀ ਪੱਤਾ ਲਵੇੜ ਸੁੰਡੀ ਉਹਦਾ ਹਮਲਾ ਹੋ ਗਿਆ ਤੇ ਕੱਲ ਵੀ ਆਕਮਾ ਇੱਕ ਵੀਡੀਓ ਸਾਂਝੀ ਕੀਤੀ ਸੀ ਉਹਦੇ ਬਾਰੇ ਆਪਾਂ ਤੁਰੰਤ ਜਿਹੜੀ ਹੁਣ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ ਜਿਹੜੇ ਕੋਲ ਨਵੇਂ ਕਿਸਾਨ ਵੀ ਜੁੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਣਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤਾਈ ਪਹੁੰਚਦੀ ਰਹੇ ਸੋ ਕਿਸਾਨ ਵੀਰੋ ਕੱਲ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਹਦੇ ਵਿੱਚ ਵੀਡੀਓ ਸੀਗੀ ਕਿ ਝੋਨੇ ਦੀ ਫਸਲ ਦੇ ਉੱਤੇ ਪੱਤਾ ਲਵੇੜ ਤੇ ਗੋਭ ਦੀ ਸੁੰਡੀ ਦਾ ਹਮਲਾ ਜਿਹੜਾ ਮੂਰੇ ਉੱਤੇ ਜਿਹੜਾ ਹੈਗਾ ਆਪਾਂ ਟੈਗ ਲਾਈਨ ਲਿਖੀ ਸੀ ਹਾਲਾਂਕਿ ਵਿੱਚ ਵੀਡੀਓ ਜੇ ਕਿਸਾਨ ਵੀਰਾਂ ਨੇ ਪੂਰੀ ਸੁਣੀ ਹੈ ਉਹਦੇ ਵਿੱਚ ਇਹੀ ਕਿਹਾ ਗਿਆ ਸੀਗਾ ਕਿ ਜੇ ਤੁਹਾਡੀ ਫਸਲ ਦੇ ਵਿੱਚ ਹਮਲਾ ਹੁੰਦਾ ਹੈ ਤੇ ਇਕਨੋਮਿਕ ਈਟੀਐਲ ਲੈਵਲ ਆਰਥਿਕ ਘਾੜ ਪੱਧਰ ਪਹੁੰਚਦਾ ਫਿਰ ਤੁਸੀਂ ਸਪਰੇਅ ਕਰਨੀ ਹੈ ਪਹਿਲਾ ਹਮਲਾ ਜਿਹੜੀ ਹੈਗੀ ਆ ਜੇ ਤੁਹਾਡਾ ਥੋੜਾ ਬਹੁਤਾ ਹਮਲਾ ਦੇਖਣ ਨੂੰ ਮਿਲਦਾ ਪਹਿਲਾਂ ਸਪਰੇਅ ਨਹੀਂ ਕਰਨੀ ਕਿਉਂਕਿ ਪੱਤਾ ਲਵੇਟ ਬਾਰੇ ਮੈਂ ਪਹਿਲਾਂ ਵੀ ਕਹਿਣਾ ਹੋਣਾ ਕਿ ਪੱਤਾ ਲਵੇਟ ਸੁੰਡੀ ਜੇ ਤੁਹਾਡੇ ਪਹਿਲੀ ਪੀੜੀ ਆਉਂਦੀ ਹੈ ਪੱਤੇ ਖਾਂਦੀ ਹੈ ਜਦੋਂ ਫਸਲ ਫਟਾਰਾ ਕਰ ਰਹੀ ਹੈ ਤਾਂ ਫਸਲ ਦੇ ਵਿੱਚ ਕੋਈ ਫਸਲ ਨੂੰ ਨੁਕਸਾਨ ਨਹੀਂ ਹੁੰਦਾ ਪੱਤੇ ਖਾਂਦੀ ਹੈ 10 ਦਿਨ 15 ਦਿਨ 20 ਦਿਨ ਤੁਹਾਨੂੰ ਥੋੜੀ ਜੀ ਫਸਲ ਮਾੜੀ ਲੱਗਦੀ ਹੈ ਪਰ ਉਦੋਂ ਬਾਅਦ ਫਸਲ ਜਿਹੜੀ ਹੈਗੀ ਉਹ ਰਿਕਵਰ ਕਰ ਜਾਂਦੀ ਹੈ ਪੱਤੇ ਵੀ ਰਿਕਵਰ ਕਰ ਜਾਂਦੇ ਆ ਫਸਲ ਬਹੁਤ ਵਧੀਆ ਹੋ ਜਾਂਦੀ ਹੈ ਹਾਲਾਂਕਿ ਫਸਲ ਦੇ ਵਿੱਚ ਜਦੋਂ ਪੱਤੇ ਖਾਦੇ ਹੁੰਦੇ ਥੱਲੇ ਤਾਈ ਸੂਰਜ ਦੀ ਰੋਸ਼ਨੀ ਹਵਾ ਜਿਹੜਾ ਪੂਰਾ ਪ੍ਰਵਾਹ ਹੁੰਦਾ ਤੇ ਉਹਦੇ ਨਾਲ ਫਸਲ ਦਾ ਝਾੜ ਆਪਣਾ ਚੰਗਾ ਹੋ ਸਕਦਾ ਮਾੜਾ ਨਹੀਂ ਹੋ ਸਕਦਾ ਤੇ ਕੱਲ ਵੀਡੀਓ ਜਿਹੜੀ ਮੈਂ ਕਲਿੱਪ ਸਾਂਝੀ ਕੀਤੀ ਸੀ ਏ ਚ ਵੀ ਮੈਂ ਥੋੜੀ ਸਾਂਝੀ ਕੀਤੀ ਕਿ ਉਹਦੇ ਵਿੱਚ ਤੁਹਾਨੂੰ ਮੈਂ ਮਿੱਤਰ ਕੀੜ ਦਿਖਾਏ ਸੀ ਜਿਹਦੇ ਵਿੱਚ ਖਾਸ ਤੌਰ ਤੇ ਮੱਕੜੀਆਂ ਨਜ਼ਰ ਆ ਰਹੀਆਂ ਤੇ ਅੱਜ ਵੀ ਖਾਸ ਤੌਰ ਤੇ ਇਹੀ ਸਵਾਲ ਆਇਆ ਹੈ ਕਿ ਮਿੱਤਰ ਮੇਰੇ ਜਿਹੜੇ ਹੈਗੇ ਆ ਖਾਸ ਤੌਰ ਤੇ ਕਿਸਾਨ ਵੀਰ ਜਿਹੜੇ ਜੁੜੇ ਹੋਏ ਆ ਉਹਨਾਂ ਦੇ ਜਿਹੜੇ ਸਵਾਲ ਆਏ ਤੇ ਉਹਨਾਂ ਨੇ ਫੋਟੋਆਂ ਭੇਜੀਆਂ ਕਿ ਸਾਡੀ ਫਸਲ ਦੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਪੱਤਿਆਂ ਦੇ ਉੱਤੇ ਆਂਡੇ ਦਿੱਤੇ ਹੋਏ ਆ ਸੁੰਡੀ ਦੇ ਉੱਤੇ ਜਿਹੜਾ ਚਿੱਟਾ ਜਿਹਾ ਜਾਲਾ ਪਿਆ ਤੇ ਆਪਾਂ ਜਿਹੜੀ ਤਰੰਤ ਸਪਰੇਅ ਕਰਦੀ ਹੈ ਖਾਸ ਤੌਰ ਤੇ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਲੈਂਡਾ ਕਰਦੀ ਹੈ ਕਿਉਂਕਿ ਲੈਂਡਾ ਇੱਕ ਲੈਂਡਾ ਸਾਈ ਹੈਲੋਥਰਨ ਇੱਕ ਕੰਟੈਕਟ ਸਿੰਥੈਟਿਕ ਇਨਸੈਕਟੀਸਾਈਡ ਆ ਪਰ ਕਿਸਾਨ ਵੀਰੋ ਮੈਂ ਇਸ ਵੀਡੀਓ ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਕਿ ਆਪਾਂ ਨੂੰ ਜਿਹੜੀ ਹੈਗੀ ਐ ਇਹ ਅਸਲ ਦੇ ਵਿੱਚ ਜਿਹੜਾ ਜਾਲੇ ਦੇ ਥੱਲੇ ਅੰਡੇ ਹੋ ਹੈ ਕੀ ਐ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਕਿਸਾਨ ਵੀਰੋ ਜਿਹੜੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਜਿਹੜੀ ਹੈਗੀ ਐ ਮੱਕੜੀ ਫਿਰ ਰਹੀ ਐ ਪੱਤਿਆਂ ਦੇ ਉੱਤੇ ਕਿਉਂਕਿ ਜਿਹੜੇ ਪਹਿਲਾਂ ਮਿੱਤਰ ਕੀੜ ਆਪਣੀ ਫਸਲ ਦੇ ਵਿੱਚ ਵਾਧੂ ਫਿਰਦੇ ਹੁੰਦੇ ਆ ਕਈ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਆ ਕਿ ਜਦੋਂ ਆਪਾਂ ਪਾਰਟਿਕੂਲਰ ਕੋਈ ਸਪਰੇ ਬਾਰੇ ਪੁੱਛਦੇ ਆ ਕਿ ਆਪਾਂ ਜੀ ਐਮਐਮਕ 10 ਕਰੀਏ ਜਾਂ ਆਪਾਂ ਕਲੋਰ ਐਂਟਰੀ ਫਲੋਰ ਕਰੀਏ ਜਾਂ ਆਪਾਂ ਫਲੂ ਬੈਂਡਾਮਾਈਡ ਕਰੀਏ ਜਾਂ ਆਪਾਂ ਕੋਈ ਵੀ ਪਾਰਟਿਕੂਲਰ ਜਾਂ ਕਾਰਟ ਆਫ ਹਾਈਡੋਕਲੋਰਾਈਡ ਜਿਹੜੀ 75% ਐਸਜੀ ਆਉਂਦੀ ਆ ਕਿ ਆਪਣੇ ਮਿੱਤਰ ਕੀਟ ਮਰਦੇ ਆ ਜਾਂ ਨਹੀਂ ਮਰਦੇ ਕਿਸਾਨ ਵੀਰੋ ਕੋਈ ਵੀ ਤੁਸੀਂ ਕੀਟਨਾਸ਼ਕ ਸਪਰੇਅ ਕਰਦੇ ਆ ਖਾਸ ਤੌਰ ਤੇ ਜਿਹੜੇ ਫਸਲ ਦੇ ਵਿੱਚ ਮਿੱਤਰ ਕੀਟ ਆਪਣੇ ਫਿਰਦੇ ਹੁੰਦੇ ਆ ਸਾਰੇ ਹੀ ਮਰ ਜਾਂਦੇ ਆ ਮਿੱਤਰ ਕੀੜ ਹੋਣ ਦੁਸ਼ਮਣ ਕੀਟ ਤਹ ਜੇ ਆਉਂਦੇ ਨਹੀਂਗੇ ਮਿੱਤਰ ਕੀਟ ਆਪਾਂ ਪਹਿਲਾਂ ਮਾਰ ਲੈਨੇ ਆ ਤੇ ਉਹਦੇ ਕਾਰਨ ਉਦੋਂ ਬਾਅਦ ਜਿਹੜੇ ਹੈਗੇ ਦੁਸ਼ਮਣ ਕੀਟਾਂ ਦਾ ਹਮਲਾ ਵੱਧ ਹੋ ਜਾਂਦਾ ਤੇ ਆਪਣੀ ਫਸਲ ਦਾ ਨੁਕਸਾਨ ਹੋ ਜਾਂਦਾ ਤੇ ਜਿਹੜੇ ਤੁਸੀਂ ਚਿੱਟੇ ਕਹਿੰਦੇ ਪੱਤਿਆਂ ਦੇ ਉੱਤੇ ਚਿੱਟਾ ਜਾਲਾ ਪੈ ਗਿਆ ਵਿੱਚ ਉਹਦੇ ਅੰਡੇ ਆ ਪੱਤਾ ਲਵੇਟਦੇ ਹਾਲਾਂਕਿ ਪੱਤੇ ਸਿੱਧੇ ਆ ਫਸਲ ਦੇ ਪੱਤੇ ਦੀ ਨੋਕ ਉੱਪਰੋਂ ਮੁੜ ਕੇ ਥੱਲੇ ਨੂੰ ਲੱਗੀ ਹੋ ਸਕਦੀ ਪਰ ਪੱਤੇ ਦੂਰੇ ਨਹੀਂ ਹੋਏ ਹੁੰਦੇ ਚਿੱਟਾ ਜਾਲਾ ਪਿਆ ਹੁੰਦਾ ਥੱਲੇ ਉਹਦੇ ਅੰਡੇ ਹੁੰਦੇ ਆ ਹਲਕੇ ਪੀਲੇ ਰੰਗ ਦੇ ਹੁੰਦੇ ਆ ਕਈ ਵਾਰ ਹੋਰ ਵੀ ਰੰਗ ਉਹਨਾਂ ਦਾ ਬਦਲ ਸਕਦਾ ਪਰ ਖਾਸ ਤੌਰ ਤੇ ਹਲਕੇ ਪੀਲੇ ਰੰਗ ਦੇ ਅੰਡੇ ਜਿਹੜੇ ਹੁੰਦੇ ਆ ਚਿੱਟੇ ਜਾਲੇ ਦੇ ਥੱਲੇ ਤੇ ਜਿਸ ਤਰ੍ਹਾਂ ਤੁਸੀਂ ਵੀਡੀਓ ਚ ਦੇਖ ਰਹੇ ਆ ਇਹ ਜਿਹੜੇ ਕਿਸਾਨ ਵੀਰੋ ਇਹ ਜਾਲਾ ਪਿਆ ਹੁੰਦਾ ਥੱਲੇ ਇਹਦੇ ਅੰਡੇ ਹੁੰਦੇ ਆ ਤੇ ਇਹ ਚ ਤੁਸੀਂ ਜੇ ਪੱਟ ਕੇ ਦੇਖੋ ਤਾਂ ਖਾਸ ਤੌਰ ਤੇ ਬਹੁਤ ਗਿਣਤੀ ਦੇ ਵਿੱਚ 100 200 250 ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਥੱਲੇ ਅੰਡੇ ਹੁੰਦੇ ਆ ਕਈ ਵਾਰ ਤੁਸੀਂ ਪੱਟ ਕੇ ਦੇਖੋਗੇ ਵਿੱਚ ਥੱਲੇੋਂ ਜਿਹੜੇ ਛੋਟੇ ਛੋਟੇ ਕੀੜੇ ਭਾਜਦੇ ਨਜ਼ਰ ਆਉਣਗੇ ਹਲਕੇ ਪੀਲੇ ਰੰਗ ਦੇ ਕੀੜੇ ਨਹੀਂ ਹੁੰਦੇ ਉਹ ਮੱਕੜੀਆਂ ਹੁੰਦੀਆਂ ਨੇ ਜਿਉ ਤੁਸੀਂ ਜਾਲਾ ਪੱਟੋਂਗੇ ਕਈ ਵਾਰ ਉਹ ਪੱਤਿਆਂ ਦੇ ਉੱਤੋਂ ਥੱਲੇ ਲੰਕਦੇ ਆ ਤਾਂ ਉਹ ਵੀ ਜਾਲਾ ਪਾ ਕੇ ਹੀ ਥੱਲੇ ਲੰਕਦੇ ਆ ਇਹ ਮੱਕੜੀਆਂ ਹੁੰਦੀਆਂ ਨੇ ਮੱਕੜੀ ਦੇ ਅੰਡੇ ਆ ਤੇ ਥੱਲੇ ਮੱਕੜੀ ਦੇ ਬੱਚੇ ਪੈਦਾ ਹੁੰਨੇ ਕਿਉਂਕਿ ਸਪਾਈਡਰ ਜਿਹੜਾ ਹੈਗਾ ਖਾਸ ਤੌਰ ਤੇ ਝੋਨੇ ਦੀ ਫਸਲ ਦੇ ਵਿੱਚ ਮੱਕੜੀ ਹੀ ਹੈ ਜੋ ਕਿਸਾਨ ਮਿੱਤਰ ਕੀਟ ਹੈ ਜਿਨ੍ਹਾਂ ਨੇ ਕੀੜੇ ਮਕੌੜਿਆਂ ਨੂੰ ਖਾਸ ਤੌਰ ਤੇ ਕੰਟਰੋਲ ਕਰਨਾ ਤੇ ਜੇ ਆਪਾਂ ਤੁਰੰਤ ਹੁਣ ਕੀਟਨਾਸ਼ਕ ਸਪਰੇਅ ਕਰ ਦੇਾਂਗੇ ਬਿਨਾਂ ਕੋਈ ਸੋਚੇ ਸਮਝੇ ਤਾਂ ਇਹ ਜਿਹੜੇ ਮਿੱਤਰ ਕੀਟ ਆਪਣੇ ਕਿਉਂਕਿ ਮਿੱਤਰ ਕੀਟ ਜਾਂ ਦੁਸ਼ਮਣ ਕੀਟ ਇਹਨਾਂ ਸਖੀ ਜਿਹੜੀ ਆਪਾਂ ਕੀਟਨਾਸ਼ਕ ਕੋਈ ਸਪਰੇਅ ਕਰਨੀ ਆ ਤਾਂ ਉਹਨੇ ਸਾਰੇ ਕੀੜੇ ਆਪਣੇ ਜਿਹੜੇ ਫਸਲ ਦੇ ਵਿੱਚ ਖਤਮ ਕਰ ਦੇਣੇ ਸੋ ਬੇਨਤੀ ਮੇਰੀ ਇਹੀ ਆ ਪਹਿਲਾਂ ਵੀ ਮੈਂ ਕੱਲ ਵੀ ਵੀਡੀਓ 'ਚ ਇਹੀ ਜ਼ਿਕਰ ਕੀਤਾ ਸੀ ਕਿ ਜਦੋਂ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਕਿ ਆਪਾਂ ਨੂੰ ਲੱਗਦਾ ਕਿ ਆਪਣੇ ਖੇਤ ਦੇ ਵਿੱਚ ਗੋਭ ਦੀ ਸੁੰਡੀ ਦਾ ਹਮਲਾ ਬਹੁਤ ਜ਼ਿਆਦਾ ਹੋ ਗਿਆ ਪੱਤਾ ਲਵੇੜ ਤੇ ਪਹਿਲੀ ਪੀੜੀ ਤੇ ਆਪਾਂ ਨੂੰ ਜਿਹੜੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਜਦੋਂ ਖਾਸ ਤੌਰ ਤੇ ਫਸਲ ਜਿਹੜੀ ਗੋਭ ਚ ਆਉਂਦੀ ਹੈ ਕਿਉਂਕਿ ਕਿਸਾਨ ਵੀਰਾਂ ਨੇ ਜ਼ਿਆਦਾ ਸਮਾਂ ਨਾਲ ਵਾਲੀਆਂ ਵੈਰਾਈਟੀਆਂ ਲਾਈਆਂ ਤੇ 80 90 ਦਿਨ ਤੇ ਜੋ ਉਹ ਗੋਭ ਦੇ ਵਿੱਚ ਆਉਂਦੀਆਂ ਖਾਸ ਤੌਰ ਤੇ ਪੂਸਾ ਪੀੜੀ ਪੂਸਾ ਡੋਗਰ ਪੂਸਾ ਉਦੋਂ ਪਹਿਲਾਂ ਜਿਹੜੇ ਪੀ ਆਰ ਕਿਸਮਾਂ ਉਹ ਵੀ 70 ਦਿਨ ਤੇ 75 ਦਿਨ ਤੇ ਜਿਹੜੀਆਂ ਗੋਭ ਦੇ ਵਿੱਚ ਹੁੰਦੀਆਂ ਨੇ ਪਹਿਲਾਂ ਮੈਂ ਵੀਡੀਓ ਦੇ ਬਾਰੇ ਡਿਟੇਲ ਚ ਵੱਖਰੀ ਪਾਈ ਸੀ ਉਦੇ ਵਾਸਤੇ ਕਿਸਾਨ ਵੀਰੋ ਆਪਾਂ ਤਰੰਤ ਹੁਣ ਕੀਟਨਾਸ਼ਕ ਸਪਰੇਅ ਨਹੀਂ ਕਰਨੇ ਜੇ ਆਪਾਂ ਬਿਨਾ ਮਤਲਬ ਤੋਂ ਹੁਣੇ ਕੀਟਨਾਸ਼ਕ ਸਪਰੇਅ ਕਰਨ ਲੱਗ ਪਏ ਕਿਉਂਕਿ ਕੁਝ ਕਿਸਾਨ ਵੀਰ ਪੁੱਛਦੇ ਕਿ ਹੁਣ ਜੇ ਆਪਾਂ ਫੇਮ ਕਰਤੀ ਜੇ ਫਿਰ ਦੁਬਾਰਾ ਕਰ ਸਕਦੇ ਆ ਕਿਉਂਕਿ ਆਪਾਂ ਨੂੰ ਕੀਟਨਾਸ਼ਕ ਮੇਰਾ ਖਿਆਲ ਦੇ ਵਿੱਚ ਫਸਲ ਦੇ ਉੱਤੇ ਇੱਕ ਵਾਰ ਹੀ ਕਰਨ ਦੀ ਜ਼ਰੂਰਤ ਆ ਖਾਸ ਤੌਰ ਤੇ ਗੋਭ ਦੇ ਸਮੇਂ ਉਦੋਂ ਪਹਿਲਾਂ ਆਪਾਂ ਨੂੰ ਜ਼ਰੂਰਤ ਹੀ ਹੈ ਨਹੀਂ ਕੋਈ ਸਪਰੇਅ ਕਰਨ ਦੀ ਕਿਸਾਨ ਵੀਰੋ ਖਾਸ ਤੌਰ ਤੇ ਪੱਤਾ ਲਵੇਟਦਾ ਜਿਵੇਂ ਇਸ ਤਰ੍ਹਾਂ ਜਿਹੜੀ ਤੇਜ਼ ਹਵਾ ਚੱਲਦੀ ਆ ਨਾ ਤੇਜ ਹਵਾਵਾਂ ਦੇ ਵਿੱਚ ਪੱਤਾ ਲਵੇਟ ਸੁੰਡੀ ਤਾਂ ਤੁਹਾਡਾ ਨੁਕਸਾਨ ਹੀ ਕੋਈ ਨਹੀਂ ਕਰ ਸਕਦੀ ਜੇ ਪੱਤੇ ਖਾਂਦੀ ਵੀ ਆ ਫਿਰ ਵੀ ਫਸਲ ਦਾ ਕੋਈ ਨੁਕਸਾਨ ਨਹੀਂ ਫਸਲ ਬਾਅਦ ਚ ਰਿਕਵਰ ਕਰ ਜਾਂਦੀ ਹੈ ਜੇ ਗੋਭ ਦੀ ਸੁੰਡੀ ਵੀ ਆ ਉਹ ਵੀ ਜਦੋਂ ਫਸਲ ਗੋਭ ਦੇ ਨੇੜੇ ਆ ਉਦੋਂ ਤੁਸੀਂ ਸਪਰੇਅ ਕਰਨੀ ਆ ਉਦੋਂ ਪਹਿਲਾਂ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈ ਸੋ ਮੇਰੀ ਪਰਜੋਰ ਅਪੀਲ ਹੈ ਤੇ ਇਹ ਜਿਹੜੀ ਹੈਗੀ ਆਪਾਂ ਮਿੱਤਰ ਕੀਟਾਂ ਨੂੰ ਨਾ ਮਾਰੀਏ ਤੇ ਸਪਰੇਅਾਂ ਬਿਨਾਂ ਫਾਲਤੂ ਨਾ ਕਰੀਏ ਬਹੁਤ ਬਹੁਤ ਬਿਨਾਂ ਸਿਫਾਰਸ਼ ਆਪਾਂ ਸਪਰੇਆ ਕਿਸਾਨ ਵੀਰੋਂ ਨਾ ਕਰੀਏ ਜੇ ਆਪਾਂ ਪਹਿਲਾਂ ਸਪਰੇਆ ਕਰਤੀਆਂ ਕੀਟਨਾਸ਼ਕਾਂ ਦੀਆਂ ਖਾਸ ਤੌਰ ਤੇ ਸਿੰਥੈਟਿਕ ਪ੍ਰੈਥਰਾਇਡ ਜਾਂ ਸਿੰਥੈਟਿਕ ਜ਼ਹਿਰਾਂ ਤਾਂ ਆਪਣੀ ਫਸਲ ਦੇ ਵਿੱਚ ਮੁੜ ਕੇ ਆਪਾਂ ਕੀਟ ਜਿਹੜੇ ਹੈਗੇ ਕੀੜੇ ਮਕੌੜੇ ਕੰਟਰੋਲ ਨਹੀਂ ਕਰ ਸਕਦੇ ਖਾਸ ਤੌਰ ਤੇ ਮਗਰੋਂ ਕਾਲੇ ਤੇਲੇ ਦਾ ਹਮਲਾ ਹੋਊਗਾ ਸੋ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ